ਵੇਚਾਂ ਮੈਂ ਠੀਕ ਹੈ ਪੂਰਾ ਆ ਜਾ ਫਿਰ ਮੈਂ ਦਿਸਣਾ ਨਹੀਂ ਧੁੱਪ ਨਾ ਆਵੇ ਲਓ ਜੀ ਅਸਲਾਮ ਵਾਲੇਕੁਮ ਜਨਾਬ ਬਾਬਾ ਨਵਾਜ਼ ਤੁਹਾਡੇ ਵਾਸਤੇ ਅੱਜ ਹਾਜ਼ਰ ਹੈ ਬੇਗ ਸਾਹਿਬ ਦੇ ਸਟਾਰਟ ਦੇ ਵਿੱਚ ਅਤੇ ਮਾਸ਼ਾਅੱਲਾ ਅੱਜ ਜਿਹੜਾ ਹੈਗਾ ਇਹ ਸਾਸੀ ਦੇ ਆਪਾਂ ਬੱਚੇ ਦੇ ਕੋਲ ਇਸ ਟਾਈਮ ਹੈਗਾ ਜੀ ਤਾਂ ਤੁਹਾਨੂੰ ਮੈਂ ਵਿਖਾ ਰਿਹਾ ਪਿਓਰ 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 ਇੰਗਲਿਸ਼ ਇੰਗਲਿਸ਼ ਇਹ ਬੱਚਾ ਦੇ ਜੀ ਇੰਗਲਿਸ਼ ਇਹ ਕੋਈ ਮੈਂ ਤੁਹਾਨੂੰ ਕੋਈ ਇੰਗਲੈਂਡ ਦੇ ਵਿੱਚ ਨਹੀਂ ਲੈ ਕੇ ਆਇਆ ਇਹ ਬੇਗ ਸਾਹਿਬ ਦਾ ਸਟੱਡ ਹੈਗਾ ਜੇ ਅਤੇ ਬੇਗ ਸਾਹਿਬ ਦਾ ਸਟੱਡ ਮੁਲਤਾਨ ਰੋਡ 'ਤੇ ਬੈਰੀ ਟਾਊਨ ਦੇ ਨਾਲ ਨਹਿਰ ਦੇ ਉੱਤੇ ਹੈਗਾ ਜੀ ਅਤੇ ਇਹ ਮਾਸ਼ਾਅੱਲਾ ਇਹ ਦੀ ਮਾਂ ਹੈ ਜੀ ਪਰਲੇ ਪਾਸੇ ਜਿਹੜੀ ਖਲੋਤੀ ਇਹਦਾ ਨਾਂ ਜੇ ਸਾਸੀ ਅਲਵਾਰ ਅਲਵਾਰ ਅਤੇ ਸਾਸੀ ਕੌਣ ਹੈ ਸਾਸੀ ਦਾ ਪਿਓ ਹੈ ਅੱਛਾ ਸਾਸੀ ਇਹਦਾ ਪਿਓ ਤਾਂ ਫਿਰ ਮੈਨੂੰ ਦੱਸਤਾ ਸੀ ਲਓ ਜੀ ਇਹਦਾ ਜਿਹੜਾ ਪਿਓ ਹੈ ਨਾ ਗਲਤੀ ਹੋ ਗਈ ਥੋੜ੍ਹੀ ਜਿਹੀ ਆਪਾਂ ਰਿਵਰਸ ਕਰ ਲੈਂਦੇ ਹਾਂ ਇਹਦਾ ਜਿਹੜਾ ਪਿਓ ਹੈ ਨਾ ਜੀ ਉਹ ਹੈ ਸਾਸੀ ਅਤੇ ਇਹਦੀ ਮਾਂ ਜਿਹੜੀ ਨਾ ਉਹ ਅਲਵਾਰ ਠੀਕ ਹੈ ਹਾਂਜੀ ਸਹੀ ਹੋ ਗਿਆ ਅੱਛਾ ਇਹਦਾ ਇਹਦਾ ਨਾਮ ਵੀ ਕੋਈ ਰੱਖ ਦਿਓ ਯਾਰ ਇਹਦਾ ਨਾਮ ਕੀ ਰੱਖਣਾ ਅਭੀ ਰੱਖ ਦੇਗੇ ਕੁਛ ਦਿਨ ਕੁਛ ਦਿਨ ਸਾਹਿਬ ਨੂੰ ਕਹਾਂਗੇ ਬੇਗ ਸਾਹਿਬ ਇਹਦਾ ਨਾਮ ਵੀ ਤੁਸੀਂ ਰੱਖੋ ਫਿਰ ਜਦੋਂ ਮਾਂ ਪਿਓ ਦਾ ਨਾਂ ਹੈਗਾ ਤਾਂ ਬੱਚੇ ਦਾ ਨਾਂ ਤਾਂ ਰੱਖਣਾ ਚਾਹੀਦਾ ਜੀ ਜੀ ਸਭ ਦਾ ਨਾਮ ਹੋਗਾ ਸਭ ਦਾ ਨਾਮ ਰੱਖਿਆ ਜਾਂਦਾ ਰੇਸ ਕੇ ਬਾਅਦ ਰੇਸ ਕੇ ਬਾਅਦ ਜੀ ਸਾਰਿਆਂ ਦਾ ਨਾਮ ਰੱਖਿਆ ਜਾਂਦਾ ਜੀ ਅੱਲਾਹ ਤਾਲਾ ਇਹਦੀ ਉਮਰ ਦਰਾਜ਼ ਕਰੇ ਅਤੇ ਅੱਲਾਹ ਤਾਲਾ ਇਹਨੂੰ ਜਿਹੜਾ ਹੈਗਾ ਨਾ ਬਸ ਬਾਜ਼ ਹੀ ਬਣਾ ਦੇਵੇ ਹੈਂ ਇਹਦਾ ਨਾਂ ਜੀ ਬਾਜ਼ ਲਓ ਜੀ ਮੈਂ ਰੱਖ ਦਿੰਦਾ ਇਹਦਾ ਨਾਂ ਜੀ ਬਾਜ਼ ਲਓ ਜੀ ਇਹ ਬਾਜ਼ ਦੀ ਉਮਰ ਕਿੰਨੀ ਕੁ ਜਨਾਬ ਤਿੰਨ ਮਹੀਨੇ ਇਹ 3 ਮਹੀਨੇ ਦਾ ਬਾਜ਼ ਹੈ ਜੀ ਅਤੇ ਇੰਗਲਿਸ਼ ਬਾਜ਼ ਹੈ ਅਤੇ ਵੇਖੋ ਮਾਸ਼ਾਅੱਲਾ ਇਹਦੀ ਖਲੋਣੀ ਖਲੋਣੀ ਤੁਸੀਂ ਵੇਖੋ ਜਿਸਮ ਵੇਖੋ ਔਰ ਜਿਸਮ ਦਾ ਸਟਰਕਚਰ ਜਿਹੜਾ ਹੈਗਾ ਉਹ ਤੁਸੀਂ ਵੇਖੋ ਮਾਸ਼ਾਅੱਲਾ ਕਿੱਡਾ ਪਿਆਰਾ ਔਰ ਇਹਦਾ ਰੰਗ ਰੁੰਗ ਤੁਸੀਂ ਵੇਖੋ ਲਓ ਜੀ ਤੁਸੀਂ ਦੱਸੋ ਇਹ ਮਾਰਵਾੜੀਆਂ ਕਿੱਧਰ ਗਈਆਂ ਹੈਂ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਜੀ ਪੈਰ ਪੂਰ ਵੀ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਅਤੇ ਆਪ ਵੀ ਬੜਾ ਖੂਬਸੂਰਤ ਹੈ ਤੁਸੀਂ ਤਾਂ ਦੇਖੋ ਹਾਂਜੀ ਮਾਸ਼ਾਅੱਲਾ ਤਾਂ ਲਓ ਜੀ ਮਾਸ਼ਾਅੱਲਾ ਬਹੁਤ ਖੂਬਸੂਰਤ ਜੇ ਮੈਨੂੰ ਤਾਂ ਯਕੀਨ ਕਰੋ ਇਹ ਜਿਵੇਂ ਮੇਰਾ ਬੱਚਾ ਤਾਂ ਉਵੇਂ ਹੀ ਹੈ ਅਤੇ ਇਹ ਬੱਚੇ ਨੇ ਅਤੇ ਬੱਚਿਆਂ ਨੂੰ ਐਵੇਂ ਮੇਰੇ ਕੋਲ ਕੁਛ ਹੈ ਕੋਈ ਖੁਆਉਣ ਨੂੰ ਠੀਕ ਹੈ ਲਓ ਜਨਾਬ ਸਾਸੀ ਲਓ ਜੀ ਓਏ ਸਾਸੀ ਦੇ ਪੁੱਤਰਾ ਸਾਸੀ ਦਾ ਪੁੱਤਰ ਜੀ ਇਹ ਲਓ ਜੀ ਉਹਦੇ ਪਿਓ ਦਾ ਨਾਂ ਲਿਆ ਅਤੇ ਉਹ ਜ਼ਰਾ ਹੋਰ ਨੇੜੇ ਆ ਗਿਆ ਕਿ ਮੇਰੇ ਪਿਓ ਦਾ ਕੋਈ ਜਾਣਨ ਵਾਲਾ ਲਓ ਜੀ ਇਹ ਸਾਸੀ ਦਾ ਬੱਚਾ ਜੇ ਅਤੇ ਮਾਸ਼ਾਅੱਲਾ ਬਹੁਤ ਸੋਹਣਾ ਅਤੇ ਇਹ ਇਹਦੀ ਮਾਂ ਜੇ ਅਤੇ ਇਹਦੀ ਮਾਂ ਜਿਹੜੀ ਹੁਣ ਕ੍ਰਾਸ ਫੇਰ ਹੋ ਗਈ ਟਿੰਬੋ ਕੋਲ ਟਿੰਬੋ ਕੋਲੋਂ ਟਿੰਗੋ ਕੋਲੋਂ ਜਿਹੜਾ ਉਹ ਘੋੜਾ ਉਹ ਵੀ ਤੁਹਾਨੂੰ ਵਿਖਾਉਣਾ ਕਿ ਜਿਹੜਾ ਹੈਗਾ ਨਾ ਉਹਨੇ ਇੰਨੀਆਂ ਬੀਵੀਆਂ ਰੱਖੀਆਂ ਹੋਈਆਂ ਨੇ ਟਿੰਗੋ ਨੇ ਅਤੇ ਟਿੰਬੋ 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 ਜੀ ਉਹ ਟਿੰਬੋ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਣੀ ਉਹ ਵੀ ਇੱਥੇ ਕਿਧਰੇ ਹੈਗਾ ਲੱਭ ਲੈਂਦੇ ਆਪਾਂ ਟਿੰਬੋ ਨੂੰ ਅਤੇ ਜਨਾਬ ਇਹ ਤੁਸੀਂ ਵਛੇਰਾ ਤੁਸੀਂ ਵੇਖੋ ਲੈ ਥੋੜ੍ਹਾ ਜਿਹਾ ਮੈਂ ਫੜ ਕੇ ਨਾ ਅੱਛਾ ਇਹ 3 ਮਹੀਨੇ ਦਾ ਜੀ ਅਤੇ 3 ਮਹੀਨੇ ਦਾ ਆਪਾਂ ਕੱਦ ਵੇਖਦੇ ਹਾਂ ਕਿ ਇਹ 3 ਮਹੀਨੇ ਦੇ ਵਿੱਚ ਇਹ ਵਛੇਰੇ ਦਾ ਜਿਹੜਾ ਹੈਗਾ ਨਾ ਸਾਸੀ ਦਾ ਪੁੱਤਰ ਸਾਸੀ ਦਾ ਪੁੱਤਰ ਆ ਥੋੜ੍ਹਾ ਜਿਹਾ ਹੀ ਪੁਰਾਣੀ ਥੋੜ੍ਹਾ ਜਿਹਾ ਭਾਅ ਜੀ ਇੱਕ ਮਿੰਟ ਲਓ ਜੀ ਸਾਸੀ ਦੇ ਬੱਚੇ ਦਾ ਕੱਦ ਵੇਖਦੇ ਜੀ 1 ਲਓ ਜੀ ਆਹ 2 ਲਓ ਜੀ ਆਹ 3 ਲਓ ਜੀ 4 ਲਓ ਜੀ 5 ਅਤੇ ਆਹ ਵੇਖੋ ਜੀ 5.5 5.5 ਗਿੱਠਾਂ 3 ਮਹੀਨੇ ਦਾ ਬੱਚਾ ਜਿਹੜਾ ਹੈ ਨਾ ਜੀ 5.5 ਗਿੱਠਾਂ ਦਾ ਜੇ ਨਹੀਂ ਤਾਂ ਹੋਰ ਕੋਈ ਡੰਗਰ ਹੁੰਦਾ ਅਤੇ ਉਹ ਉਸਲੋਂ ਹੀ ਉਹ ਵੜਿਆ ਹੁੰਦਾ ਵਿੱਚ ਅਤੇ ਫਿਰ ਤੁਸੀਂ ਮਾਸ਼ਾਅੱਲਾ ਇੰਗਲਿਸ਼ ਬੱਚਾ ਜੇ ਲਓ ਜੀ ਤੁਸੀਂ ਇਹ ਨਹੀਂ ਕਹਿ ਸਕਦੇ ਜੇ ਬਾਬਾ ਨਵਾਜ਼ ਤੂੰ ਸਾਡਾ ਨਾ ਇੰਗਲਿਸ਼ ਬੱਚਾ ਨਹੀਂ ਵਿਖਾਇਆ ਇਹ ਇੰਗਲਿਸ਼ ਬੱਚਾ ਛੱਡੋ ਤੁਸੀਂ ਮਗਰ ਉਹ ਜਿਹੜਾ ਨਾ ਇਹ ਸਾਡੇ ਪੰਜਾਬ ਦਾ ਬੱਚਾ ਇੰਗਲਿਸ਼ ਨੂੰ ਛੱਡ ਦਿਓ ਲਓ ਜੀ ਇਹ ਜੇ ਸਾਸੀ ਦਾ ਪੁੱਤਰ ਅਤੇ ਇਹਦੀ ਮਾਂ ਹੁਣ ਫਿਰ ਕ੍ਰਾਸ ਹੋ ਗਈ ਜੇ ਠੀਕ ਹੈ ਉਹਦੇ ਟਿੰਬੋ ਕੋਲੋਂ ਠੀਕ ਹੈ ਅਤੇ ਇਹ ਮਾਸ਼ਾਅੱਲਾ ਇਹਦੀ ਕਿੰਨੀ ਉਮਰ ਹੋ ਗਈ ਇਹਦੀ ਬਈ ਲਵਾਰ ਦੀ ਪਰਲੀ ਸਾਈਡ ਤੇ ਲਿਖੀ ਹੋਈ ਅੱਛਾ ਉਪਰਲੇ ਸਾਈਡ ਤੇ ਉਮਰ ਵੀ ਲਿਖੀ ਹੁੰਦੀ ਅੱਛਾ ਵੇਖਾਂ ਹਲੀ ਕਿਹਦੀ ਉਮਰ ਹੈ ਇਹ ਜੀ 2007 ਹੀ ਪੈਦਾ ਹੋਈ ਇਹ 2007 ਦੇ ਵਿੱਚ ਪੈਦਾ ਹੋਈ ਸੀ ਪਰਲੇ ਪਾਸੇ ਲਿਖੀ ਹੋਈ ਜੀ ਹਾਂ ਠੀਕ ਹੈ ਲਓ ਜੀ ਆ ਬੱਚਾ ਤੁਸੀਂ ਵੇਖ ਲਓ ਤੇ ਮੈਂ ਹੁਣ ਇਹਦੀ ਮਾਮਲੇ ਚੱਲਿਆ ਜੀ ਅੱਛਾ ਇਹਨੂੰ ਨਵਾਉਂਦੇ ਨੂੰ ਹੁੰਦੇ ਤੇ ਮੇਰੇ ਖਿਆਲ ਨਹੀਂ ਜੀ ਨਵਾਉਂਦੇ ਆ ਅੱਛਾ ਕਿਦੋਂ ਨਵਾਉਂਦੇ ਜੀ ਇੱਕ ਤੋਂ ਦੂਸਰੇ ਤੀਸਰੇ ਦਿਨ ਲਓ ਜੀ 2007 ਦੇ ਵਿੱਚ ਇਹ ਪੈਦਾ ਹੋਈ ਹੈ ਜਨਾਬ ਤੇ ਇਹ ਲਵਾਰ ਦੇ ਕਿੰਨੇ ਕੁ ਬੱਚੇ ਹੋ ਗਏ ਇਹਨੇ ਪੈਦਾ ਕੀਤੇ ਨੇ ਹਰ ਸਾਲ ਇੱਕ ਬੱਚਾ ਹੁੰਦਾ ਆਪ ਹਿਸਾਬ ਲਾ ਲਓ ਹਰ ਸਾਲ ਜੀ 2007 ਤੋਂ ਲੈ ਕੇ ਤੇ ਹੁਣ ਤਿਕਰ ਤਕਰੀਬਨ 10 ਬੱਚੇ ਕਰ ਲਓ ਕਮ ਅਜ਼ ਕਮ ਓਏ ਹੋਏ ਮਾਸ਼ਾਅੱਲਾ ਮਾਸ਼ਾਅੱਲਾ ਓ ਯਾਰ ਸੁਣੋ ਭਾਈ ਸੁਣੋ ਓਏ ਅੱਲਾ ਦੇ ਬੰਦੇ ਹੋ ਇੱਧਰ ਵੇਖੋ ਇਹਨੇ 10 ਬੱਚੇ ਘੱਟ ਤੋਂ ਘੱਟ ਦਿੱਤੇ ਜੇ ਤੇ ਮੱਝ ਵੀ ਇਹਨੇ ਸੂਏ ਦੇ ਦੇਵੇ ਨਾ ਤੇ ਉਹ ਆਉਂਦੇ ਨੇ ਲਾਇਆ ਜੀ ਇਹਦੇ ਤਾਂ ਬਹੁਤ ਕਮਾਲ ਕਰ ਗਏ ਇਹਨੇ 10 ਬੱਚੇ ਦਿੱਤੇ ਨੇ ਤੇ ਬੱਚੇ ਵੀ ਆਹ ਵੇਖ ਲਓ ਬੱਚੇ ਦੀ ਕੀਮਤ 8 ਲੱਖ ਰੁਪਈਆ ਫਰੋਖਤ ਹੋ ਗਿਆ ਹੁਣੇ ਅੱਛਾ ਇਹ ਬੱਚਾ ਫਰੋਖਤ ਹੋ ਗਿਆ ਜੀ ਹਾਂ ਇਹ ਅੱਛਾ ਇਹ ਕਿੰਨੇ ਦਾ ਵਿਕਿਆ ਜੀ 8 ਲੱਖ ਦਾ
ਪੂਰੇ 8 ਲੱਖ ਦਾ 8 ਲੱਖ ਤੇ ਇਹ ਕਿੱਥੇ ਜਾ ਰਹੀ ਹੈ ਇਹ ਬੇਗ ਸਾਹਿਬ ਨੇ ਰਿਸ਼ਤੇਦਾਰ ਜਿਨ ਨੇ ਲਿਆ ਬੇਗ ਸਾਹਿਬ ਦੇ ਰਿਸ਼ਤੇਦਾਰ ਨੇ ਉਹਨਾਂ ਨੇ ਲਿਆ ਹੁਣ ਉਹ ਪਾਲਣਗੇ ਕੱਲਾ ਬੱਚਾ ਉਹਨਾਂ ਨੇ ਲਿਆ ਜਾਂ ਉਹਨਾਂ ਕੋਲ ਅੱਗੇ ਵੀ ਕੋਈ ਜਾਨਵਰ ਨੇ ਨਹੀਂ ਉਹਨਾਂ ਵੈਸੇ ਸ਼ੌਂਕ ਤੌਰ ਤੇ ਲਿਆ ਸ਼ੌਕੀ ਤੌਰ ਤੇ ਲਿਆ ਰਾਈਡਿੰਗ ਵਾਸਤੇ ਜੀ ਠੀਕ ਹੈ ਲਓ ਜੀ 8 ਲੱਖ ਰੁਪਏ ਦਾ ਸਾਸੀ ਦਾ ਬੱਚਾ ਜਿਹੜਾ ਨਾ ਇਹ ਛੋਟਾ ਇੰਗਲਿਸ਼ ਘੋੜਾ ਇਹ ਹੋ ਗਿਆ ਜਾਂ ਫਰੋਖਤ ਤੇ ਫਿਰ ਕ੍ਰਾਸ ਹੋ ਗਈ ਹੈ ਤੇ 10 ਬੱਚੇ ਦੇ ਚੁੱਕੀ ਹੈ ਠੀਕ ਹੈ ਇਸ ਲਈ ਤੁਹਾਨੂੰ ਇਹ ਵਿਖਾਉਂਦਾ ਪਿਆ ਕਿ ਕੋਈ ਫਾਇਦੇਮੰਦ ਮੱਝਾਂ ਗਾਵਾਂ ਹੀ ਨਹੀਂ ਹੁੰਦੀਆਂ ਘੋੜੀਆਂ ਵੀ ਫਾਇਦੇਮੰਦ ਹੁੰਦੀਆਂ ਨੇ ਤੇ ਜਿਹੜੀ ਹੈ ਨਾ 8 ਲੱਖ ਕੀਮਤ ਘੋੜੇ ਦੀ ਬੱਚੇ ਦੀ ਉਹ ਬਹੁਤ ਹੁੰਦੀ ਹੈ ਤੇ ਫਿਰ 3 ਮਹੀਨੇ ਦਾ ਬੱਚਾ 3 ਮਹੀਨੇ ਦਾ ਬੱਚਾ ਤੇ ਫਿਰ ਨਾਲੇ ਦੂਸਰੀ ਗੱਲ ਇਹ ਵੇਖੋ ਕਿ ਸਾਡੇ ਮੁਲਕ ਦਾ ਨਾਂ ਉੱਚਾ ਹੋਣਾ ਹੈ ਤੁਸੀਂ ਇਹ ਵੇਖੋ ਕਿ ਨਸਲ ਜਿਹੜੀ ਹੈ ਨਾ ਉਹ ਅਸੀਂ ਬਹੁਤ ਤੇਜ਼ੀ ਨਾਲ ਲੱਗੇ ਹੋਏ ਹਾਂ ਇਹਨਾਂ ਦੇ ਪਿੱਛੇ ਘਟਾਉਣ ਨੂੰ ਤੇ ਤੁਸੀਂ ਇਹਨੂੰ ਘਟਾਓ ਨਾ ਇਹਨੂੰ ਸਗੋਂ ਵਧਾਓ ਤੇ ਬੇਗ ਸਾਹਿਬ ਕੋਲੋਂ ਮਸ਼ਵਰਾ ਲਵੋ ਤੇ ਇਹ ਬੇਗ ਸਾਹਿਬ ਕਿਵੇਂ ਤੁਸੀਂ ਰੱਖਦੇ ਜੇ ਇਹਨੂੰ ਕੀ ਖਵਾਉਂਦੇ ਜੇ ਕੀ ਪਿਆਉਂਦੇ ਜੇ ਅੱਛਾ ਭਾਜੀ ਇਹ ਜਿਹੜੀ ਘੋੜੀ ਹਮਲਾ ਹੋ ਜਾਂਦੀ ਹੈ ਉਹਦੀ ਖੁਰਾਕ ਦੇ ਵਿੱਚ ਤੇ ਦੂਜੇ ਦੀ ਘੋੜੇ ਦੀ ਖੁਰਾਕ ਦੇ ਕੋਈ ਫਰਕ ਹੁੰਦਾ ਹੈ ਨਹੀਂ ਜੀ ਕੋਈ ਫਰਕ ਨਹੀਂ ਉਹ ਹੀ ਦੂਸਰੀ ਵੀ ਲੂਸਣ ਜੀ ਹਾਂ ਤੇ ਦਾਣਾ ਵੀ ਦਾਣਾ ਜਵੀ ਵੀ ਸਾਰਾ ਕੁਝ ਤੇ ਜਦੋਂ ਬਿਮਾਰ ਹੁੰਦਾ ਤੇ ਇੱਥੇ ਡਾਕਟਰ ਡਾਕਟਰ ਵੀ ਰੱਖਿਆ ਡਾਕਟਰ ਸਪੈਸ਼ਲ ਡਾਕਟਰ ਰੱਖਿਆ ਡਾਕਟਰ ਸਪੈਸ਼ਲ ਰੱਖਿਆ ਮਸਾਲਾ ਮਸੂਲਾ ਕੁੱਟ ਕੁੱਟ ਕੇ ਇੱਥੇ ਹੀ ਸਭ ਕੁਝ ਦਵਾਈਆਂ ਟ੍ਰੀਟਮੈਂਟ ਪੂਰਾ ਤੇ ਦੇਸੀ ਦਵਾਈਆਂ ਵੀ ਦਿੰਦੇ ਜੇ ਯਾਨੀ ਨਹੀਂ ਜੀ ਵੈਸੇ ਟੀਕੇ ਵਗੈਰਾ ਜਾਂ ਵੈਸੇ ਬਿਮਾਰ ਸ਼ਮਾਰ ਹੋ ਜਾਂਦਾ ਇੱਥੇ ਇਲਾਜ ਹੋ ਜਾਂਦਾ ਬਿਲਕੁਲ ਅੱਛਾ ਜੀ ਲਓ ਜਨਾਬ ਤੁਹਾਨੂੰ ਜੇ ਇਹਦੇ ਜੇ ਲੁਆਰਾ ਤੇ ਉਹ ਜਿਹੜੀ ਇਹ ਕੀ ਨਾਮ ਹੁੰਦਾ ਸਾਸੀ ਦਾ ਬੱਚਾ ਸਾਸੀ ਦਾ ਬੱਚਾ ਜੇ ਅਗਰ ਸਾਸੀ ਦਾ ਬੱਚਾ ਤੁਹਾਨੂੰ ਪਸੰਦ ਆਇਆ ਤੇ ਇਹ ਵੀਡੀਓ ਅੱਛੀ ਲੱਗੀ ਹੈ ਤੇ ਤੁਸੀਂ ਫਾਰਮਿੰਗ ਕਰਨਾ ਚਾਹੁੰਦੇ ਜੇ ਤੇ ਫਾਰਮਿੰਗ ਵੀ ਤੁਸੀਂ ਘੋੜੇ ਦੀ ਕਰ ਸਕਦੇ ਜੇ ਘੋੜੀਆਂ ਦੀ ਤੇ ਵੀਡੀਓ ਅੱਛੀ ਲੱਗੀ ਹੋਵੇ ਤੇ ਸ਼ੇਅਰ ਕਰੋ ਲਾਈਕ ਕਰੋ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਮੇਰੇ ਵੀਰੋ ਮੇਰੇ ਭਰਾਵੋ ਸੱਜਣੋ ਤੇ ਇਹ ਜਿਹੜਾ ਨਾ ਇਨਸ਼ਾ ਅੱਲਾਹ ਤਾਲਾ ਇਹ ਵੀਡੀਓ ਹੀ ਫੈਲ ਜਾਵੇ ਜਿਵੇਂ ਕਰੋਨਾ ਵਾਇਰਸ ਫੈਲ ਗਿਆ ਇਸ ਟਾਈਮ ਪੰਜਾਬ ਤਾਂ ਕਿ ਲੋਕ ਇਸ ਮੰਨੇ ਵੀ ਆਉਣ ਕਿ ਅਸੀਂ ਇਹਨਾਂ ਨੂੰ ਖਤਮ ਨਹੀਂ ਕਰਨਾ ਤੁਹਾਡੀ ਮਿਹਰਬਾਨੀ ਹੈ ਇਹ ਰਿਕੁਐਸਟ ਹੈ ਤੇ ਜਿਹੜਾ ਹੈਗਾ ਨਾ ਇਹ ਤੁਸੀਂ ਮੰਨਣੀ ਹੈ ਤੇ ਯਾਰ ਅੱਲਾ ਨੇ ਤਾਲਾ ਤੁਹਾਨੂੰ ਬਹੁਤ ਦਿੱਤਾ ਤੇ ਥੋੜ੍ਹਾ ਜਿਹਾ ਇਹਨਾਂ ਵਾਸਤੇ ਵੀ ਜਿਹੜਾ ਨਾ ਇਹਨਾਂ ਦੇ ਵਿੱਚ ਜਦੋਂ ਤੁਰੇ ਫਿਰਨਗੇ ਤੇ ਚਲੋ ਅੱਲਾ ਤੁਹਾਨੂੰ ਅਜਰ ਦੇਗਾ ਬੰਦਾ ਨਾ ਦੇਗਾ ਤਾਂ ਵੀਡੀਓ ਅੱਛੀ ਲੱਗੀ ਹੋਵੇ ਜੀ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏਗਾ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਜਿਹੜਾ ਨਾ ਉਹ ਸ਼ੇਅਰ ਕਰਨੀ ਹੈ ਤੋ ਇਜਾਜ਼ਤ ਚਾਹਤਾ ਹੂੰ ਜੀ ਨਈ ਵੀਡੀਓ ਕੇ ਸਾਥ ਫਿਰ ਇਨਸ਼ਾ ਅੱਲਾ ਮੁਲਾਕਾਤ ਹੋਗੀ ਜੀ ਅੱਲਾ ਹਾਫਿਜ਼।